ਭਾਜੀ ਮੈਂ ਗੱਲ ਵਿੱਚ ਕਹਿਣੀ ਚਾਹੁੰਦਾ ਇਹ ਤੁਹਾਡੇ ਭਾਈ ਰਣਜੀਤ ਸਿੰਘ ਨੇ ਵੀ ਇਹ ਗੱਲ ਦੱਸੀ ਆ ਨਾ ਵੀ ਜਦੋਂ ਤੁਸੀਂ ਸੁਣਿਆ ਹੀ ਹੋਣਾ ਵੀ ਜਦੋਂ ਇਹ ਬੋਲਦੇ ਸੀ ਕਹਿੰਦੇ ਬੇਸ਼ੱਕ ਮਤਲਬ ਵੀ ਜਦੋਂ ਇਹ ਗੱਲ ਕਰਦੇ ਸੀ ਦਲੀਲ ਵਾਲੀ ਬੇਸ਼ੱਕ ਕਹਿੰਦੇ ਮੈਂ ਬਾਬਿਆਂ ਵਾਲੇ ਪਾਸੇ ਸੀ ਪਰ ਮੈਨੂੰ ਇੰਝ ਲੱਗਦਾ ਸੀ ਵੀ ਇਹਨਾਂ ਦੀ ਗੱਲ ਦੇ ਵਿੱਚ ਵਜਨ ਆ ਹਨਾ ਹਾਂ ਹੈਗਾ ਜੀ ਬਿਲਕੁਲ ਆਹੋ ਤੇ ਪਰ ਜਿੱਦਾਂ ਜਿੱਦਾਂ ਭਾਜੀ ਤੁਸੀਂ ਤੁਸੀਂ ਜਿੱਦਾਂ ਸਾਰਾ ਸਿਸਟਮ ਦੇਖਿਆ ਹੈ ਨਾ ਮਤਲਬ ਵੀ ਐਸੀ ਕਿਹੜੀ ਗੱਲ ਆ ਗਈ ਆ ਵੀ ਜਿਹੜੀ ਈਰਖਾ ਦੀ ਆਗਿਆ ਜਿਹੜਾ ਹੰਕਾਰ ਦਾ ਕਿੱਲਾ ਗੱਡਿਆ ਉਹ ਪਿੱਛੋਂ ਪੁੱਟਿਆ ਨਹੀਂ ਜਾ ਰਿਹਾ ਹੈਨਾ ਦੇਖੋ ਜੀ ਮੈਂ ਇੱਕ ਦਿਨ ਸ਼ਾਇਦ ਵੀਰ ਨੇ ਗੱਲ ਕਰ ਰਿਹਾ ਸੀ ਕਿ ਰੌਲਾ ਚੱਲ ਰਿਹਾ ਹੈ ਬੱਬੂ ਮਾਨ ਦਾ ਤੇ ਸਿੱਧੂ ਮੂਸੇ ਵਾਲੇ ਦਾ ਜੀ ਹਾਂਜੀ ਹਾਂਜੀ ਹੁਣ ਜਿਸ ਤਰ੍ਹਾਂ ਬੱਬੂ ਮਾਨ ਸੀ ਉਹ ਬਾਗੀ ਜਿਹਾ ਬੰਦਾ ਸੀ ਸਟੇਜਾਂ ਤੇ ਖੁੱਲਾ ਬੋਲਣਾ ਚੈਲੰਜ ਜਿਹਾ ਕਰ ਦੇਣਾ ਹੈਨਾ ਹਾਂਜੀ ਹਾਂਜੀ ਅੱਜ ਕੱਲ ਦੇ ਨੌਜਵਾਨਾਂ ਨੂੰ ਉਹ ਚੀਜ਼ ਜਿਹੜੀ ਆ ਉਹ ਸਿੱਧੂ ਮੂਸੇ ਵਾਲੇ ਤੋਂ ਮਿਲਣਾ ਵੀ ਥਾਪੀ ਮਾਰ ਦਿੰਦਾ ਸਿੱਧਾ ਕਹਿੰਦਾ ਜਿਹਨੇ ਟੱਕਰਨਾ ਸਿੱਧਾ ਹੋ ਏਦਾਂ ਏਦਾਂ ਕਰਕੇ ਜਿਹੜੇ ਉਹਦੇ ਨਾਲ ਤੁਰਨ ਵਾਲੇ ਸੀ ਉਹਨਾਂ ਨੂੰ ਲੱਗਾ ਵੀ ਕੋਈ ਗੱਲ ਨੀ ਇਹ ਡੋਜ਼ ਤੇ ਇਧਰੋਂ ਮਿਲਣੀ ਸ਼ੁਰੂ ਹੋ ਗਈ ਚੁਕਵਾਂ ਜਿਹਾ ਕੰਮ ਵੀ ਅਸੀਂ ਕਿਸੇ ਤੋਂ ਦੱਬਦੇ ਨੀ ਆ ਤੇ ਉਹ ਜਿਹੜਾ ਉਹ ਪਿੱਛੋਂ ਉੱਥੋਂ ਨਿਕਲੀ ਚੀਜ਼ ਹਨਾ ਤੇ ਮੈਂ ਗੱਲ ਕਰਦਾ ਸੀ ਮੈਂ ਕਿ ਜੇ ਸਿਰਫ ਮੈਨੂੰ ਲੱਗਦਾ ਟੋਪਿਕ ਨੀ ਹੈਗਾ ਪਰ ਮੈਂ ਉਦਾਹਰਨ ਦੇ ਰਿਹਾ ਵਾ ਜੇ ਬੱਬੂ ਮਾਨ ਚਾਹੁੰਦਾ ਤੇ ਉਹ ਉਸਤਾਦ ਬਣ ਕੇ ਨਾਲ ਤੁਰਿਆ ਜਾ ਸਕਦਾ ਸੀ ਇਹਦੇ ਸਿੱਧੂ ਮੂਸੇ ਵਾਲੇ ਦੇ ਮੋਢੇ ਤੇ ਥਾਪੀ ਰੱਖ ਕੇ ਹੱਥ ਰੱਖ ਕੇ ਫੋਟੋ ਖਿਚਾ ਲੈਂਦਾ ਸਾਰੇ ਫੈਨ ਇਕੱਠੇ ਰਹਿਣੇ ਸੀ ਵੀ ਬੱਬੂ ਮਾਨ ਵੀ ਇਹਦਾ ਉਸਤਾਦ ਆ ਹਾਂਜੀ ਪਰ ਉਹ ਇੱਕ ਦੋ ਇੰਟਰਵਿਊਆਂ ਦੇ ਵਿੱਚ ਇੱਕ ਦੋ ਗੀਤਾਂ ਦੇ ਵਿੱਚ ਉਹਨੇ ਉੱਤੇ ਕਮੈਂਟ ਕਰਕੇ ਤੇ ਉਹ ਸਾਰਾ ਇੱਕ ਪਤਾ ਲੱਗ ਗਿਆ ਵੀ ਇਹ ਬੰਦੇ ਦੇ ਅੰਦਰ ਜੈਲਸ ਆ ਜਿੰਨੇ ਵੀ ਪਿਛਲੇ ਪ੍ਰਚਾਰਕ ਜਿਨ੍ਹਾਂ ਨੇ 20 ਸਾਲ ਤੋਂ ਕੰਮ ਕੀਤਾ ਚਾਹੁੰਦੇ ਤੇ ਭਾਈ ਰਣਜੀਤ ਸਿੰਘ ਦੇ ਉਸਤਾਦ ਵਜੋਂ ਉੱਚਰ ਵਿਚਰ ਸਕਦੇ ਸੀ ਉਹ ਬਿਲਕੁਲ ਭਾਵੇਂ 6 ਮਹੀਨੇ ਬਾਅਦ 3 ਮਹੀਨੇ ਬਾਅਦ ਜਾ ਕੇ ਉਹਨਾਂ ਨਾਲ ਗੱਲਬਾਤ ਕਰਦੇ ਰਹਿੰਦੇ ਇੰਨੀ ਗੱਲ ਵੀ ਉਹਨਾਂ ਨੂੰ ਕਹੀ ਜਾ ਸਕਦੀ ਸੀ ਵੀ ਸਾਡੀ ਸੰਸਥਾ ਦਾ ਮਸਲਾ ਹੈ ਵੀ ਤੁਸੀਂ ਮਤਲਬ ਬਹੁਤ ਸੋਹਣਾ ਕੰਮ ਕਰ ਰਹੇ ਹੋ ਜਿੱਥੇ ਵੀ ਤੁਹਾਨੂੰ ਲੋੜ ਪਵੇਗੀ ਅਸੀਂ ਤੁਹਾਡੇ ਨਾਲ ਖਲੋਤੇ ਹਾਂ ਬੱਬੂ ਮਾਨ ਦੀ ਐਗਜ਼ਾਮਪਲ ਦਿੱਤੀ ਹੈ ਇੱਕ ਪਾਸੇ ਤਾਂ ਇੱਕ ਬੰਦਾ ਤਾਂ ਸੀਗਾ ਮੋਹਰੇ ਲਲਕਾਰਨ ਵਾਲਾ ਜਦੋਂ ਇੱਧਰ ਪੁਜਾਰੀ ਸੀਗੇ ਉਹ ਲਲਕਾਰੀ ਜਾਂਦੇ ਸੀਗੇ ਵੀ ਐਂ ਕਰ ਦਿਆਂਗੇ ਸਿੱਧੂ ਮੂਸੇਵਾਲੇ ਦਾ ਇਹ ਹੋਇਆ ਵੀ ਉਹਨੇ ਲਲਕਾਰਿਆ ਨਹੀਂ ਮੋਹਰੇ ਖੜ ਗਿਆ ਕੇ ਵੀ ਆਹ ਲੀਰਾਂ ਲੂਰਾਂ ਤੁਸੀਂ ਚੱਕੋ ਆਪਣੀਆਂ ਉਸਤਾਦ ਸੂਦ ਚੱਕੋ ਆਪਾਂ ਨਹੀਂ ਤੁਹਾਡੇ ਚੇਲੇ ਮੁੰਨਣੇ ਏਦਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਮੋਹਰੇ ਪੁਜਾਰੀਵਾਦ ਦੇ ਖੜ ਗਿਆ ਵੀ ਏਦਾਂ ਕਿੱਦਾਂ ਤੁਸੀਂ ਕਿੱਦਾਂ ਧੱਕਾ ਕਰ ਸਕਦੇ ਕਿਸੇ ਚੀਜ਼ ਦੇ ਨਾਲ ਜਦੋਂ ਭਾਈ ਸਾਹਿਬ ਨੇ ਇਹ ਗੱਲ ਕੀਤੀ ਸੀਗੀ ਜਿੰਨੇ ਵੀ ਸੰਪਰਦਾਵਾਂ ਸੀਗੇ ਜਾਗਰੂਕ ਸੀਗੇ ਇਹਨਾਂ ਨੂੰ ਮਤਲਬ ਆਰਾਮ ਨਾਲ ਬਹਿ ਕੇ ਦੇਖਦੇ ਜਿੱਦਾਂ ਫਿਲਮ ਦੇਖੀ ਦੀ ਆ ਲੈ ਵੀ ਬੰਦਾ ਅੜ ਗਿਆ ਆਪਣੀ ਵਿਚਾਰਧਾਰਾ ਚੱਲਣ ਡਈ ਆ ਨਜ਼ਾਰਾ ਆ ਜਾਣਾ ਇਹ ਬੰਦਾ ਉਹੀ ਗੱਲ ਕਰਨ ਡਿਆ ਜਿੱਥੇ ਤੱਕ ਚਾਹੁੰਦੇ ਉੱਥੇ ਤੱਕ ਲੈ ਕੇ ਜਾਂਦੇ ਜਿਹਨਾਂ ਨੂੰ ਉਰੇ ਪਰੇ ਹੁੰਦਾ ਲੱਗਦਾ ਬੰਦਾ ਕਹਿ ਦਿੰਦੇ ਵੀ ਆਪਾਂ ਪਿੱਛੇ ਭਾਈ ਇੱਥੇ ਬੰਦਾ ਗਲਤ ਆ ਪਰ ਇਹਨਾਂ ਨੇ ਗੱਲ ਭਾਜੀ ਗੁਰੂ ਦੀ ਵੀ ਕਰ ਦਿੱਤੀ ਰੱਬ ਦੀ ਵੀ ਕੀਤੀ ਸਭ ਕੁਛ ਕੀਤਾ ਪਰ ਭਾਈ ਸਾਹਿਬ ਨੇ ਜਿਹੜਾ ਉਹਦਾ ਵੱਖਰਾ ਲੈਵਲ ਦਿਖਾਇਆ ਆ ਜਿਹੜੇ ਨਵੇਂ ਮੋੜ ਤੋਂ ਗੱਲ ਕੀਤੀ ਹੈ ਨਾ ਉਹ ਲੋਕਾਂ ਨੂੰ ਟੋਹ ਕੇ ਉਹ ਲੈ ਕੇ ਗਿਆ ਵੀ ਯਾਰ ਇਹ ਵੀ ਬੰਦੇ ਰੱਬ ਬਾਰੇ ਗੁਰੂ ਬਾਰੇ ਸਾਰੀਆਂ ਗੱਲਾਂ ਕਰਦੇ ਸੀਗੇ ਠੀਕ ਆ ਗਿਆਨ ਤਾਂ ਦੇਈ ਜਾਂਦੇ ਸੀਗੇ ਬਹੁਤ ਜ਼ਿਆਦਾ ਪਰ ਜਦੋਂ ਭਾਈ ਸਾਹਿਬ ਨੇ ਲਾਗੂ ਕਰਕੇ ਦਿਖਾਈਆਂ ਲੋਕੀ ਮਤਲਬ ਮੋਹ ਹੋ ਗਿਆ ਹੈ ਨਾ ਜਿੱਦਾਂ ਕਹਿੰਦੇ ਨੀ ਵੀ ਇੱਦਾਂ ਚੰਗਾ ਲੱਗਣ ਲੱਗ ਪਿਆ ਲੋਕਾਂ ਨੂੰ ਵੀ ਯਾਰ ਬਹੁਤ ਸੋਹਣੀ ਗੱਲਬਾਤ ਆ ਬੰਦੇ ਦੀ ਅਤੇ ਨਾਲੇ ਗੱਲ ਕਰਦਾ ਨਾਲੇ ਲੋਕਾਂ ਨੂੰ ਦੱਸਦਾ ਵੀ ਇੱਦਾਂ ਅੜੀਦਾ ਅਤੇ ਉੱਤੋਂ ਆਪਣੇ ਉੱਤੇ ਲਾਗੂ ਵੀ ਕਰਦਾ